नाम रखा गया जी कामागाटा मारू प्लेस 1914 लिखा नाल थले पंजाबी दे विच गुरु नानक जहाज लिखा अज तो पहला कभी कागजी जां कुछ कनेडा दे किते भी किते जे पार्लीमेंट च जिक्र हुंदा सी जां कोई भी चीज़ पेपर पेपर दे तौर ते रिप्रेजेंट की जाती सी ते कामागाटा मारू ही कला लिखा जाता सीगा इह गुरु नानक जहाज की की हकीकत है जी ये नाम कदों तो सीगा कि हुण सुन नूं आया कि जां विचों लोप हो गया सी ਇਹ ਗੱਲ ਇੰਨੀ ਕੁ ਜ਼ਰੂਰੀ ਹੈ ਕਰਨੀ ਜਿਵੇਂ ਕਿ ਅਸੀਂ ਕਹਿ ਦਈਏ ਕਿਸੇ ਸਰੀਰ ਦੇ ਵਿੱਚੋਂ ਰੂਹ ਕੱਢ ਦਿੱਤੀ ਜਾਵੇ ਇਕੱਲੇ ਜਿਸਮ ਦੀ ਗੱਲ ਕੀਤੀ ਜਾਵੇ ਅੱਜ ਖੁਸ਼ੀ ਇਹ ਹੋ ਰਹੀ ਹੈ ਕਿ ਕਾਮਾਗਾਟਾ ਮਰੂ ਪਲੇਸ ਦੇ ਥੱਲੇ 1914 ਗੁਰੂ ਨਾਨਕ ਜਹਾਜ਼ ਲਿਖਿਆ ਹਾਲਾਂਕਿ ਇਹ ਉਹਦਾ ਅਨੁਵਾਦ ਨਹੀਂ ਹੈ ਇੱਥੇ ਗੱਲ ਨੂੰ ਮੈਂ ਅੱਗੇ ਜਾ ਕੇ ਕਰਾਂਗਾ ਪੰਜਾਬੀ 'ਚ ਗੁਰਮੁਖੀ 'ਚ ਹੀ ਲਿਖਿਆ ਹੋਇਆ ਦੇਖਣ ਨੂੰ ਲੱਗਦਾ ਅੰਗਰੇਜ਼ੀ ਪੜ੍ਹਨ ਵਾਲੇ ਸੋਚਣਗੇ ਸ਼ਾਇਦ ਕਾਮਾਗਾਟਾ ਮਰੂ ਦਾ ਪੰਜਾਬੀ ਅਨੁਵਾਦ ਹੈ ਅਤੇ ਜਿਹੜੇ ਪੰਜਾਬੀ ਹੀ ਗੁਰਮੁਖੀ ਜਾਣਦੇ ਨੇ ਉਹ ਸਮਝਣਗੇ ਕਿ ਉੱਪਰ ਸ਼ਾਇਦ ਗੁਰੂ ਨਾਨਕ ਜਹਾਜ਼ ਨੂੰ ਅੰਗਰੇਜ਼ੀ 'ਚ ਲਿਖਿਆ ਪਰ ਇੱਕ ਚੰਗੀ ਗੱਲ ਹੋਈ ਹੈ ਕਿ ਇਹਨਾਂ ਨੇ ਘੱਟੋ ਘੱਟ ਇਸ ਨੂੰ ਲਿਖਿਆ ਪਰ ਇਹ ਗੱਲ ਅੱਜ ਦੀ ਨਹੀਂ ਜਿੱਦਣ ਦੀ ਇਹ ਦਾਸਤਾਨ ਸ਼ੁਰੂ ਹੋਈ ਹੈ ਉਦੋਂ ਦੀ ਗੱਲ ਹੈ ਇਹ ਜਹਾਜ਼